ਸਾਨੂੰ ਬਹੁਤ ਵਧੀਆ ਲੱਗ ਰਿਹਾ। ਸੁਨੀਲ ਕੁਮਾਰ ਰਿੰਕੂ ਜੀ ਆਏ ਸੀ ਅੱਜ ਸੜਕ ਦਾ ਨਿਰੀਖਣ ਕਰਨ ਵਾਸਤੇ, ਤੇ ਜੋ ਸਾਡੇ ਮੁੱਖ ਮੰਤਰੀ ਭਗਵੰਤ ਮਾਨ ਜੀ ਨੇ ਵਾਅਦਾ ਕੀਤਾ ਸੀਗਾ ਉਸ ਵਾਅਦੇ ਤੇ ਉਹ ਖਰਾ ਉਤਰੇ ਆ। ਆਦਮਪੁਰ ਵਾਸੀਆਂ ਨੂੰ ਮਲਾਈ ਵਾਲੀ ਸੜਕ ਦਿੱਤੀ ਆ। ਕਿੰਨੇ ਟਾਈਮ ਤੋਂ ਇਹ ਸੜਕ ਨਹੀਂ ਬਣ ਰਹੀ ਸੀ? ਇਹਨੂੰ 8 ਸਾਲ ਹੋ ਗਏ ਸੀਗੇ ਜੀ ਸੜਕ ਨਹੀਂ ਬਣ ਰਹੀ ਸੀ। ਲੋਕੀ ਵਾਇਆ ਹੁਸ਼ਿਆਰਪੁਰ, ਵਾਇਆ ਭੋਗਪੁਰ ਇੱਦਾਂ ਘੁੰਮ ਕੇ ਜਾਂਦੇ ਸੀਗੇ। ਇੱਥੇ 5-5 4-4 ਫੁੱਟ ਦੇ ਖੱਡੇ ਸੀਗੇ, ਲੋਕੀ ਬਹੁਤ ਪਰੇਸ਼ਾਨ ਸੀਗੇ ਤੇ ਦੁਕਾਨਾਂ ਬਿਲਕੁਲ ਬੰਦ ਬੰਦ ਦੇ ਨਾਲ ਹੀ ਸੀਗੀਆਂ ਵੀ ਕੰਮ ਕਰ ਨਹੀਂ ਹੈਗਾ, ਮਿੱਟੀ ਘੱਟੇ ਤੋਂ ਬਾਅਦ ਕੰਮ ਕਿੱਥੋਂ ਚੱਲਣਾ। ਸੜਕ ਬਣਨ 'ਚ ਹੁਣ ਲੋਕਾਂ 'ਚ ਕਿੱਦਾਂ ਦਾ ਉਤਸ਼ਾਹ ਆ? ਲੋਕੀ ਆਮ ਆਦਮੀ ਪਾਰਟੀ ਨੂੰ ਸੜਕ ਬਣਨ ਦੇ ਵਿੱਚ ਆਦਮਪੁਰ ਲੋਕਾਂ ਨੇ ਨਾਰਾ ਲਾਇਆ ਸੀ ਨੋ ਰੋਡ ਨੋ ਵੋਟ, ਵੀ ਜੇ ਤੁਸੀਂ ਰੋਡ ਨਹੀਂ ਬਣਾ ਸਕਦੇ ਅਸੀਂ ਵੋਟ ਨਹੀਂ ਪਾਉਣੀ ਤੁਹਾਨੂੰ। ਹੁਣ ਭਗਵੰਤ ਮਾਨ ਜੀ ਨੇ ਰੋਡ ਬਣਾ ਦਿੱਤਾ ਆ, ਹੁਣ ਆਮ ਆਦਮੀ ਪਾਰਟੀ ਨੂੰ 2024 'ਚ ਬਾਅਦ ਚੜ੍ਹ ਕੇ ਵੋਟਾਂ ਦਾ ਪੈਣਗੀਆਂ ਅਤੇ ਆਮ ਆਦਮੀ ਪਾਰਟੀ ਵਧੀਆ ਤਰੀਕੇ ਨਾਲ ਜਿੱਤ ਹਾਸਲ ਕਰੂ। ਹੁਸ਼ਿਆਰਪੁਰ ਤੋਂ ਵੀ ਜਿਹੜੇ ਲੋਕ ਆਉਂਦੇ ਪਏ ਸੀਗੇ ਕੱਲ੍ਹ, ਸਾਨੂੰ ਬੜਾ ਵਧੀਆ ਸਾਈਨ ਦੇ ਕੇ ਗਏ ਆ, ਵਧੀਆ ਬੈਸਟ ਆਫ ਲੱਕ ਕਹਿ ਕੇ ਗਏ ਆ ਕਿ ਭਾਅ ਜੀ ਤੁਸੀਂ ਬਹੁਤ ਵਧੀਆ ਜਿਹੜਾ ਇਹ ਕੰਮ ਕਰਾ ਰਹੇ ਆ। ਜਿਹੜਾ ਸਾਉਣ ਦੇ ਮਹੀਨੇ ਮਾਤਾ ਚਿੰਤਪੁਰਨੀ ਦੇ ਚਾਲਿਆਂ ਤੋਂ ਜਿਹੜੇ ਸਟਾਰਟ ਹੋਣੇ ਆ, ਉਹਨਾਂ ਤੋਂ ਪਹਿਲਾਂ ਅਸੀਂ ਇਹ ਰੋਡ ਦਾ ਕੰਪਲੀਟ ਕੰਮ ਕਰਵਾਉਣਾ ਹੈ। ਸਰ ਇਹ ਸ਼ੁਰੂ ਕਿੱਥੋਂ ਹੋਈ ਅਤੇ ਖਤਮ ਕਿੱਥੇ ਤੱਕ ਹੋਊਗੀ ਸਰ? ਇਹ ਦੇਖੋ ਜੀ, ਇਹ ਜਿਹੜੀ ਸੜਕ ਆ, ਇਹ ਸੜਕ ਸ਼ੁਰੂ ਤੋਂ ਆਪਣੇ ਇੱਥੋਂ ਇਹਨਾਂ ਨੇ ਕਰਾਈ ਸੀਗੀ ਚੰਡੂ ਸਿੰਘ ਤੋਂ ਅੱਗੇ ਆਣ ਕੇ, ਅਤੇ ਚੌਹਾਲ ਤੱਕ ਬਣਨੀ, ਚੌਹਾਲ ਤੋਂ ਅੱਗੇ ਤੱਕ ਜਿੱਥੇ ਕਿ ਆਪਣੀ ਚਿੰਤਪੁਰਨੀ ਦੀ ਪਹਿਲੀ ਚੜ੍ਹਾਈ ਚੜ੍ਹਦੇ ਹਾਂ ਜੀ, ਉੱਥੇ ਤੱਕ ਇਹ ਸੜਕ ਅਸੀਂ ਪੂਰੀ ਕੰਪਲੀਟ ਕਰਾਵਾਂਗੇ। ਅਸੀਂ ਆਪਣੇ ਬੰਦੇ ਵੀ ਲਾਏ ਆ, ਅਸੀਂ ਪਾਰਟੀ ਵੱਲੋਂ ਵੀ ਜੋ ਸਾਨੂੰ ਸੇਵਾਵਾਂ ਦਿੱਤੀਆਂ ਅਸੀਂ ਡਿਊਟੀ ਨਿਭਾ ਰਹੇ ਹਾਂ। ਅਸੀਂ 2 ਦਿਨ ਵੀ ਰਾਤੀ ਵੀ ਸਾਡੇ ਜਿੰਨੇ ਪਾਰਟੀ ਦੇ ਵਰਕਰ ਸੀਗੇ ਪੂਰੇ ਰਾਤੀ 9:30-9:45 ਘਰ ਗਏ ਆ। ਅਸੀਂ ਇੱਥੇ ਅਸੀਂ ਪਾਰਟੀ ਦਾ, ਆਮ ਆਦਮੀ ਪਾਰਟੀ ਦਾ, ਸਾਡੇ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ, ਜਿਨ੍ਹਾਂ ਨੇ ਕਿ ਸੜਕ ਬਣਾ ਕੇ ਇਸ ਹਲਕੇ ਦੇ ਵਿੱਚ ਲੋਕਾਂ 'ਚ ਉਤਸ਼ਾਹ ਵਿੱਚ ਜਾਨ ਪਾਈ ਆ। ਬਹੁਤ ਬਹੁਤ ਧੰਨਵਾਦ। ਹਾਂਜੀ ਸਰ, ਕਿੱਦਾਂ ਦਾ ਲੱਗ ਰਿਹਾ ਜੀ ਤੁਹਾਨੂੰ? ਬਹੁਤ ਵਧੀਆ ਲੱਗ ਰਿਹਾ ਜੀ। ਦੇਖੋ, ਭਗਵੰਤ ਸਿੰਘ ਮਾਨ ਜੀ ਦਾ ਬਹੁਤ ਬਹੁਤ ਧੰਨਵਾਦ ਜੀ, ਜਿਨ੍ਹਾਂ ਨੇ ਸਾਡੀ ਇਹ ਸਾਰਿਆਂ ਦੀ ਸੁਣੀ ਆ, ਇਲਾਕਾ ਵਾਸੀਆਂ ਦੀ ਬਹੁਤ ਬਹੁਤ ਧੰਨਵਾਦ ਹੈ। ਅਤੇ ਹੁਣ ਸਾਨੂੰ ਹੁਣੇ ਹੁਣੇ ਪਤਾ ਲੱਗਾ ਜੀ, ਰਿੰਕੂ ਸਾਹਿਬ ਦੱਸ ਕੇ ਗਏ ਆ ਕਿ ਪੁਲ ਦਾ ਕੰਮ ਵੀ ਬੜਾ ਜਲਦੀ ਸਟਾਰਟ ਹੋ ਰਿਹਾ ਹੈ। ਬਹੁਤ ਵਧੀਆ, ਸਾਨੂੰ ਬਹੁਤ ਖੁਸ਼ੀ ਹੋ ਰਹੀ ਹੈ। ਧੰਨਵਾਦ ਜੀ ਭਗਵੰਤ ਸਿੰਘ ਮਾਨ ਦਾ, ਜਿਨ੍ਹਾਂ ਨੇ ਆਪਣਾ ਕੀਤਾ ਹੋਇਆ ਵਾਅਦਾ ਪੂਰਾ ਕੀਤਾ, ਸੋ ਜੋ ਕਹਿੰਦੇ ਨੇ ਉਹ ਕਰਦੇ ਨੇ। ਧੰਨਵਾਦ ਜੀ। ਲੱਗ ਰਿਹਾ ਜੀ ਅੱਜ ਸੀਐਮ ਭਗਵੰਤ ਮਾਨ ਸਾਹਿਬ ਨੇ ਜਿਹੜਾ ਵਾਅਦਾ ਕੀਤਾ ਸੀਗਾ ਸਾਡੇ ਨਾਲ ਵੋਟਾਂ ਦੇ ਵਿੱਚ ਕਿ ਸੜਕ ਦਾ ਕੰਮ ਪਹਿਲ ਦੇ ਆਧਾਰ 'ਤੇ ਅਸੀਂ ਕਰਾਂਗੇ, ਰਿਜ਼ਲਟ ਕੋਈ ਵੀ ਆਵੇ ਅਸੀਂ ਸੜਕ ਸ਼ੁਰੂ ਕਰਾਂਗੇ। ਉਹ ਅੱਜ ਸਾਡਾ ਸਫਲਾ ਪੂਰਾ ਹੋ ਗਿਆ, ਉਹ ਸੜਕ ਦਾ ਕੰਮ ਸ਼ੁਰੂ ਹੋ ਗਿਆ, ਕਰਕੇ ਸਾਨੂੰ ਬੜੀ ਖੁਸ਼ੀ ਆ ਭਗਵੰਤ ਮਾਨ ਜੀ ਦੀ। ਇਹ ਸੜਕ ਦਾ ਕਿੰਨੇ ਟਾਈਮ ਤੋਂ ਕੰਮ ਰੁਕਿਆ ਸੀਗਾ? ਇਹ 7 ਸਾਲ ਹੋ ਗਏ ਜੀ ਸੜਕ ਕੰਮ ਸ਼ੁਰੂ ਰੁਕੇ ਨੂੰ। ਬਾਕੀ ਸਾਡੀ ਸਰਕਾਰ ਆਈ ਤੋਂ ਹਾਲੇ 14-15 ਮਹੀਨੇ ਹੋਏ ਆ, ਕਿਉਂਕਿ ਫਿਰ ਵੀ ਉਪਰਾਲਾ ਕੀਤਾ, ਬਹੁਤ ਵਧੀਆ ਕੰਮ ਸ਼ੁਰੂ ਕਰ ਦਿੱਤਾ। ਲੋਕਾਂ 'ਚ ਕਿੱਦਾਂ ਦਾ ਉਤਸ਼ਾਹ ਮਿਲ ਰਿਹਾ? ਲੋਕਾਂ ਦੇ ਵਿੱਚ ਉਤਸ਼ਾਹ, ਦੇਖੋ ਜੀ ਸ਼ਹਿਰ ਦੇ ਵਿੱਚ ਗਏ ਆ, ਲੋਕੀ ਬੜੇ ਖੁਸ਼ ਆ। ਲੋਕੀ ਕਹਿੰਦੇ ਜੀ ਜੋ ਕੰਮ ਅੱਜ ਤਾਈਂ ਨਹੀਂ ਹੋਇਆ ਉਹ ਆਮ ਆਦਮੀ ਪਾਰਟੀ ਕਰਾ ਰਹੀ ਆ, ਸ਼ਹਿਰ ਦੇ ਨਾਲ ਬਹੁਤ ਵਧੀਆ ਕੰਮ ਕਰ ਰਹੀ। ਹਾਂਜੀ ਹਾਂਜੀ, ਕਿੱਦਾਂ ਦਾ ਲੱਗ ਰਿਹਾ ਜੀ? ਬਹੁਤ ਵਧੀਆ ਲੱਗ ਰਿਹਾ ਜੀ। ਅੱਜ ਭਗਵੰਤ ਮਾਨ ਜੀ ਨੇ ਵਾਅਦਾ ਕਰ ਜੋ ਵਾਅਦਾ ਕੀਤਾ ਸੀ ਉਹਨੂੰ ਪੂਰਾ ਕੀਤਾ, ਅੱਜ ਸ਼ਹਿਰ ਵਾਸੀ ਬਹੁਤ ਜ਼ਿਆਦਾ ਖੁਸ਼ ਆ, ਕਿਉਂਕਿ ਉਹਨਾਂ ਦਾ ਵਪਾਰ ਡਬਲ ਹੋਣ ਦੀ ਆਸ ਹੈਗੀ ਆ। ਪਹਿਲਾਂ ਕਿ ਜਿਹੜੀਆਂ ਆਸਾਂ ਉਹਨਾਂ ਦੀਆਂ ਮਿਟ ਚੁੱਕੀਆਂ ਸੀਗੀਆਂ, ਬਹੁਤ ਬੜੇ ਬੜੇ ਖੱਡੇ ਸੀਗੇ, ਲੇਕਿਨ ਅੱਜ ਬਹੁਤ ਜ਼ਿਆਦਾ ਵਧੀਆ ਰਿਹਾ। ਸਾਡੇ ਅੱਜ MP ਸਾਹਿਬ ਸੁਸ਼ੀਲ ਕੁਮਾਰ ਰਿੰਕੂ ਜੀ ਆਏ ਆ ਮਾਇਨਾ ਕਰਨ ਵਾਸਤੇ, ਔਰ ਹਲਕਾ ਇੰਚਾਰਜ ਜੀਤ ਵਾਲਾ ਭੱਟੀ ਜੀ ਆਏ ਆ, ਸਾਡੇ ਚੇਅਰਮੈਨ ਪਰਮਜੀਤ ਸਿੰਘ ਰਾਜਵੰਸ਼ ਜੀ ਜਿਹੜੇ ਕਿ ਅੱਜ ਇਸ ਮੌਜੂਦਾ ਇਸ ਰੋਡ ਦਾ ਮੁਆਇਨਾ ਕਰਨ ਵਾਸਤੇ ਆਏ ਵੀ, ਸ਼ਹਿਰ ਵਾਸੀ ਬਹੁਤ ਜ਼ਿਆਦਾ ਖੁਸ਼ ਆ। ਬਹੁਤ ਬਹੁਤ ਧੰਨਵਾਦ ਕੇਜਰੀਵਾਲ ਸਾਹਿਬ ਔਰ ਭਗਵੰਤ ਮਾਨ ਜੀ ਦਾ। ਹਾਂਜੀ ਸਰ, ਕਿੱਦਾਂ ਦਾ ਲੱਗ ਰਿਹਾ ਜੀ? ਬਹੁਤ ਵਧੀਆ ਭਾਅ ਜੀ, ਬਹੁਤ ਵਧੀਆ ਲੱਗ ਰਿਹਾ ਆ ਲੋਕਾਂ ਦੇ ਵਿੱਚ। ਅਸੀਂ 1-2 ਦਿਨ ਤੋਂ ਕੰਮ ਕਰਾ ਰਹੇ ਹਾਂ, ਦੇਖ ਰੇਖ ਦੇ ਵਿੱਚ ਕਰਾ ਰਹੇ ਹਾਂ, ਲੋਕਾਂ 'ਚ ਬੜਾ ਉਤਸ਼ਾਹ ਸੀਗਾ। ਵੱਡੀ ਰਾਹਤ ਹੈ ਜਿਹੜੀ ਆਦਮਪੁਰ ਦੇ ਜਿਹੜੇ ਦੁਕਾਨਦਾਰ ਵੀਰ ਆ ਉਹਨਾਂ ਨੂੰ ਬੜੀ ਵੱਡੀ ਰਾਹਤ ਆ, ਕਿਉਂਕਿ ਬਹੁਤ ਸਾਰੇ ਸਾਥੀ ਹੈ ਜਿਹੜੇ ਇੱਥੋਂ ਟ੍ਰੈਫਿਕ ਬਹੁਤ ਜ਼ਿਆਦਾ ਲੰਘਦਾ, ਸੋ ਮਿੱਟੀ ਕਰਕੇ ਧੂੜ ਕਰਕੇ ਬਹੁਤ ਸਾਰੇ ਸਾਥੀ ਜਿਹੜੇ ਬਿਮਾਰ ਵੀ ਹੋ ਗਏ ਸੀਗੇ, ਸੋ ਇਹਨਾਂ ਲੋਕਾਂ ਨੂੰ ਬੜੀ ਵੱਡੀ ਰਾਹਤ ਮਿਲ ਰਹੀ ਹੈ। ਸੋ ਮੈਂ ਸਾਡੇ ਭੱਟੀ ਸਾਹਿਬ, ਸਾਡੇ ਹਲਕਾ ਇੰਚਾਰਜ, ਹੋਰ ਦੂਸਰੇ ਸਾਡੇ ਸਾਰੇ ਸਾਥੀ, ਚੇਅਰਮੈਨ ਸਾਹਿਬਾਨ, ਬਲੋਕ ਪ੍ਰੈਜ਼ੀਡੈਂਟ ਸਾਹਿਬਾਨ, ਸਾਰੇ ਸਾਥੀ, ਸਾਡੇ ਸੀਨੀਅਰ ਆਗੂ ਸਰਦਾਰ ਪਰਮਜੀਤ ਸਿੰਘ ਰਾਏਪੁਰ ਸਾਹਿਬ, ਸਾਰੇ ਅੱਜ ਜਿਹੜੇ ਆ ਲੋਕਾਂ ਨੂੰ ਅੱਜ ਇਸ ਗੱਲ ਦੀ ਬੜੀ ਖੁਸ਼ੀ ਹੈ ਕਿ ਜਿਹੜੀ ਕਮਿਟਮੈਂਟ ਸਾਡੀ ਪਾਰਟੀ ਨੇ ਕੀਤੀ ਸੀ ਉਹ ਪੂਰੀ ਕੀਤੀ ਹੈ, ਔਰ ਲੋਕਾਂ ਨੂੰ ਰਾਹਤ ਦੇਣ ਦੇ ਲਈ ਮੁੱਖ ਮੰਤਰੀ ਸਾਹਿਬ ਹੈ ਜਿਹੜੇ ਦਿਨ ਰਾਤ ਜਿਹੜੀ ਆ ਮਿਹਨਤ ਕਰ ਰਹੇ ਆ। ਜਿਸ ਤੋਂ MP ਸੁਨੀਲ ਕੁਮਾਰ ਰਿੰਕੂ ਜੀ ਸੀ ਇਹ ਸਾਡਾ ਵਾਅਦਾ ਪੂਰਾ ਕੀਤਾ ਜਿਹੜੇ ਇੱਥੇ ਦੇ ਮੁੰਗੇ ਆ।